ਸੋ ਦੋਸਤੋ, ਅੱਜ ਸਾਡੇ ਦਰਮਿਆਨ ਜੇਕਰ ਗੱਲ ਕਰੀਏ ਆਪਾਂ ਕਬੂਤਰਬਾਜ਼ੀ ਨਾਲ ਸੰਬੰਧਿਤ ਕਈ ਜਿਹੜੇ ਉੱਘੇ ਕਬੂਤਰਬਾਜ਼ ਨੇ ਜਾਂ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਕਿ ਐਕਸਪਰਟ ਨੇ, ਉਹ ਮੌਜੂਦ ਨੇ। ਜੇ ਗੱਲ ਕਰੀਏ ਅੱਜ ਆਪਾਂ ਵੀ ਜਿਸ ਤਰ੍ਹਾਂ ਹੋਰ ਗੇਮਾਂ ਦੇ ਵਿੱਚ, ਜਿਵੇਂ ਆਪਾਂ ਕਹਿ ਦਈਏ ਕਿ ਕਬੱਡੀ ਜਾਂ ਹੋਰ ਕਿਸੇ ਵੀ ਜਿਹੜੀਆਂ ਖੇਡਾਂ ਹੁੰਦੀਆਂ ਨੇ ਜਾਨਵਰਾਂ ਦੀਆਂ, ਉੱਥੇ ਬੇਈਮਾਨੀ ਕੀਤੀ ਜਾਂਦੀ ਆ। ਜਿਵੇਂ ਆਪਾਂ ਕਹਿ ਦਈਏ ਕਿ ਕਬੱਡੀ ਦੇ ਵਿੱਚ ਆਮ ਤੌਰ 'ਤੇ ਦੇਖਿਆ ਜਾਂਦਾ ਕਿ ਚਕਨਾਈ ਵਾਲੀ ਕੋਈ ਚੀਜ਼ ਲਾ ਲਈ ਜਾਂ ਕੁਝ ਆਪਣੇ ਨਸ਼ਾ ਪਤਾ ਕਰਕੇ ਖਿਡਾਰੀ ਖੇਡਦੇ ਨੇ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਕਬੂਤਰਬਾਜ਼ੀ ਦੀ, ਕਬੂਤਰਬਾਜ਼ੀ ਦੇ ਜਿਹੜੇ ਮੁਕਾਬਲੇ ਹੁੰਦੇ ਨੇ ਉਸ ਵਿੱਚ ਕਿਸ ਤਰ੍ਹਾਂ ਜਿਹੜੇ ਉਸ ਵਿੱਚ ਬੇਈਮਾਨੀ ਕੀਤੀ ਜਾਂਦੀ ਆ ਜਾਂ ਚੁਸਤੀ ਚਲਾਕੀ ਰਾਹੀਂ ਅੱਗੇ ਆਉਣ ਦਾ ਜਿਹੜਾ ਯਤਨ ਕੀਤਾ ਜਾਂਦਾ, ਉਹ ਆਪਾਂ ਗੱਲ ਕਰਦੇ ਹਾਂ ਕਿ ਉਹ ਕਿਹੜੀ ਚੀਜ਼ ਆ ਅਤੇ ਉਸ ਤੋਂ ਕਿਵੇਂ ਬਚਿਆ ਜਾ ਸਕਦਾ। ਜਿਹੜੇ ਪ੍ਰਬੰਧਕ ਵੀਰ ਨੇ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਕਬੂਤਰਬਾਜ਼ੀ ਦੇ ਮੁਕਾਬਲੇ ਜਿਹੜੇ ਕਰਵਾਉਂਦੇ ਨੇ, ਉਹ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਉਹ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਉਹ ਕਰਵਾ ਸਕਦੇ ਨੇ। ਸਾਡੇ ਨਾਲ ਬਾਈ ਜੀ ਮੌਜੂਦ ਨੇ। ਅੱਛਾ ਬਾਈ ਜੀ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਬੂਤਰਬਾਜ਼ੀ ਮੁਕਾਬਲੇ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਬੇਈਮਾਨੀ ਹੁੰਦੀ ਆ, ਚੁਸਤੀਆਂ ਚਲਾਕੀਆਂ ਜਿਹੜੀਆਂ ਕੀਤੀ ਜਾਂਦੀਆਂ ਨੇ ਅੱਗੇ ਆਉਣ ਲਈ, ਇਹ ਉਹਨਾਂ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ। ਆਹੀ ਬਸ ਵੀ ਜਿਵੇਂ ਹੁਣ ਕੋਈ ਕਬੂਤਰ ਪਿੰਜਰੇ 'ਚ ਪਾ ਲਿਆ ਕਿਸੇ ਨੇ, ਮੋਹ ਲਵਾ ਕੇ ਬੇਈਮਾਨੀ ਨਾਲ ਚੁਸਤੀ ਨਾਲ ਨਿਕਲ ਗਿਆ, ਬਾਅਦ 'ਚ ਛੱਡਤਾ, ਇਹ ਗੌਰ ਰੱਖੋ। ਹੋਰ ਜਿਵੇਂ ਕੋਈ ਬਹਿ ਗਿਆ ਕਬੂਤਰ ਬਾਹਰ ਕਿਸੇ ਦਰਖਤ 'ਤੇ ਦੁਪਹਿਰੇ ਠਾਲਤਾ, ਉਹ ਪਹਿਲਾਂ ਗੌਰ ਰੱਖੋ। ਇਹ ਗੱਲਾਂ ਇੱਕ ਆਪਾਂ ਗੱਲ ਕਰਦੇ ਜਿਵੇਂ ਜਿਸ ਤਰ੍ਹਾਂ ਜਸਿਆ ਬਾਈ ਤੁਸੀਂ ਬਈ ਪਿੰਜਰੇ 'ਤੇ ਜਿਵੇਂ ਮੋਹਰ ਲਵਾਉਣ ਤੋਂ ਬਾਅਦ ਜਿਹੜੇ ਕਬੂਤਰਬਾਜ਼ ਨੇ ਉਹ ਪਿੰਜਰੇ 'ਚ ਜਾਣ ਦੀ ਆਪਣਾ ਕਈ ਵਾਰੀ ਹੈ ਨਾ ਲੁਕੋ ਲੈਂਦੇ ਨੇ ਫਿਰ ਉਹਨੂੰ ਛੱਡਦੇ ਕਦ ਨੇ, ਜਿਵੇਂ ਆਪਾਂ ਕਹਿ ਦਈਏ ਪਹਿਲੇ ਛੱਡਤਾ ਜਾ ਕਿਸੇ ਨੇ ਟਾਈਮ ਦੇਖ ਕੇ, ਜਿਵੇਂ ਹੁਣ ਇੱਕ ਡੇਢ ਵਜੇ ਛੱਡਤਾ, ਉਦੋਂ ਬਾਅਦ ਫਿਰ ਉਹਨੇ ਕੀ ਬੈਠਣਾ ਕੀ ਆ? ਅੱਛਾ, ਉਹ ਫਿਰ ਉਹ ਤਾਂ ਜਾਂਦੀ, ਫਿਰ ਥੋੜਾ ਘਾਣਾ ਉਹਨੂੰ ਰੈਸਟ ਮਿਲੀ ਹੋਈ ਆ ਪਹਿਲਾਂ, ਰੈਸਟ ਮਿਲੀ ਹੋਈ ਆ, ਇਹ ਆਪਣੇ ਆਪ ਹੀ ਉਹ ਤਾਂ ਜਾਂਦੀ ਚਾਹੇ ਉਹਨੂੰ 7-8 ਵਜੇ ਤੱਕ ਉਡਾਈ ਆ। ਹਾਂ, ਫਿਰ ਜਿੰਨਾ ਮਰਜ਼ੀ ਉਡਾਈ ਆ। ਇਸ ਤਰ੍ਹਾਂ ਫਿਰ ਜਾਂਦੀ ਜਿਹੜੇ ਬੰਦੇ ਕਰਦੇ ਨੇ ਉਹ ਫੜੇ ਵੀ ਐਂ ਤਾਂ ਜਾਂਦੇ ਹੋਣਗੇ, ਫਿਰ ਜਾਂਦੇ ਨੇ ਵਿੱਚ ਬੜੇ ਫੜੇ ਜਾਂਦੇ ਨੇ, ਵੀ ਬੇਇੱਜ਼ਤੀ ਹੁੰਦੀ ਆ, ਕਿੰਨਾ ਕੁਛ ਹੁੰਦਾ ਅਗਲੇ ਦਾ। ਅੱਛਾ, ਉਹੀ ਤਾਂ ਕਹਿ੣ਾ ਵੀ ਇਹੋ ਜਿਹੀਆਂ ਗੱਲਾਂ ਨੂੰ ਪ੍ਰੇਰਿਤ ਕਰੋ, ਠੀਕ ਆ ਜਿਹਦੀ ਜਿੱਤ ਜਿੱਤ ਹੋਣੀ ਚਾਹੀਦੀ ਆ। ਅੱਛਾ, ਇਹ ਤੋਂ ਫਿਰ ਬਚਣ ਦੇ ਲਈ ਜਾਂ ਸਾਵਧਾਨੀ ਦੇ ਲਈ ਕਿਸ ਤਰ੍ਹਾਂ ਜਿਹੜੇ ਉਪਰਾਲੇ ਪਿੰਡ ਵਾਲੇ, ਜਿਵੇਂ ਕਮੇਟੀ ਆ ਕੋਈ, ਪੂਰੇ ਚੁਸਤ ਰਹਿਣ, ਛਡਾਉਣ ਕਬੂਤਰ, ਜ਼ਿਆਦਾ ਪਤਾ ਧਿਆਨ ਰੱਖਣ ਪਿੰਜਰੇ 'ਚ ਨਾ ਪਾਵੇ, ਜਾਂ ਕਿਸੇ ਵਿਹੜੇ 'ਚ ਜਿਵੇਂ ਆਪਾਂ ਛਡਾਉਂਦੇ ਆ ਉੱਥੋਂ ਪਿੰਜਰੇ 'ਚ ਕੋਈ ਕਬੂਤਰ ਪਾ ਕੇ ਬਾਹਰ ਨਾ ਨਿਕਲਣ ਦੇਣ। ਹਾਂ, ਇਹ ਚੀਜ਼ ਧਿਆਨ ਵਿੱਚ ਰੱਖਣਾ ਜਾਣਦੀ ਆਪਾਂ ਤਾਂ ਇਹ ਕਹਿੰਦੇ ਹਾਂ ਕਿ ਜਾਣਦੀ ਜਦੋਂ ਕਬੂਤਰਬਾਜ਼ੀ ਦੇ ਮੁਕਾਬਲੇ ਹੁੰਦੇ ਨੇ ਉਹਦੇ ਵਿੱਚ ਜਿਹੜੀ ਮਿਹਨਤ ਆ, ਹੈ ਨਾ, ਚਾਹੇ ਉਹ ਕਬੂਤਰਬਾਜ਼ ਦੀ ਆ ਚਾਹੇ ਜਾਣਦੀ ਆਪਣਾ ਕਬੂਤਰ ਦੀ ਆ, ਵੀ ਉਹ ਮਿਹਨਤ ਨਾਲ ਜਿਹੜੇ ਜਾਣਦੀ ਕਬੂਤਰ, ਉਹਨੂੰ ਜਿੱਤਣਾ ਚਾਹੀਦਾ। ਹਾਂ, ਸੋ ਦੋਸਤੋ, ਜਿਸ ਤਰ੍ਹਾਂ ਬਾਈ ਉਹਨਾਂ ਨੇ ਗੱਲ ਕੀਤੀ ਆ ਕਿ ਜਿਹੜੀ ਇੱਕ ਨਵਾਂ ਜਿਹੜਾ ਟ੍ਰਿਕ ਆ ਜਾਣਦੀ ਕਬੂਤਰਬਾਜ਼ੀ ਦੇ ਵਿੱਚ ਵੀ ਚੱਲਦਾ ਕਿ ਅੱਗੇ ਆਉਣ ਦੇ ਲਈ, ਹੈ ਨਾ, ਆਪਣੇ ਕਈ ਵਾਰੀ ਕੀ ਹੁੰਦਾ ਕਿ ਮੋਹਰਾਂ ਲਵਾ ਲੈਂਦੇ ਨੇ ਪਰ ਉਹ ਕਬੂਤਰ ਨਹੀਂ ਛੱਡਦੇ, ਕਈ ਵਾਰੀ ਪਿੰਜਰਿਆਂ ਦੇ ਵਿੱਚ ਹੀ, ਹੈ ਨਾ, ਉਹਨਾਂ ਨੂੰ ਲੁਕੋ ਲੈਂਦੇ ਨੇ ਅਤੇ ਦੁਪਹਿਰ ਵੇਲੇ ਜਾਂ 2-4 ਘੰਟੇ ਤੋਂ ਬਾਅਦ ਜਿਹੜਾ ਫਿਰ ਉਹਨਾਂ ਨੂੰ ਉਹ ਛੱਡ ਦਿੰਦੇ ਨੇ। ਇਸ ਤਰ੍ਹਾਂ ਦੀਆਂ ਜਿਹੜੀਆਂ ਚੁਸਤੀਆਂ ਚਲਾਕੀਆਂ ਨੇ ਉਹ ਕਬੂਤਰਬਾਜ਼ੀ ਦੇ ਮੁਕਾਬਲੇ ਦੇ ਵਿੱਚ ਵੀ ਦੇਖਣ ਨੂੰ ਮਿਲਦੀਆਂ ਨੇ, ਬਾਈ ਉਹਨਾਂ ਨੇ ਗੱਲਬਾਤ ਕੀਤੀ ਆ। ਤੋ ਜਿਹੜੇ ਵੀ ਪ੍ਰਬੰਧਕ ਵੀਰ ਨੇ ਪਿੰਡਾਂ ਦੇ ਵਿੱਚ ਕਬੂਤਰਬਾਜ਼ੀ ਦੇ ਮੁਕਾਬਲੇ ਕਰਵਾਉਂਦੇ ਨੇ ਉਹ ਇਸ ਚੀਜ਼ਾਂ ਵੱਲ ਧਿਆਨ ਦੇ ਕੇ ਜਦੋਂ ਵੀ ਮੋਹਰਾਂ ਵਗੈਰਾ ਲੱਗਦੀਆਂ ਨੇ ਉਸੇ ਟਾਈਮ ਜਿਹੜੇ ਕਬੂਤਰ ਨੇ ਉਹ ਛਡਾਏ ਜਾਣ, ਤਾਂ ਜੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੁਸਤੀਆਂ ਚਲਾਕੀਆਂ ਨੇ ਜਿਹੜੀਆਂ ਬੇਈਮਾਨੀਆਂ ਨੇ ਕਬੂਤਰਬਾਜ਼ੀ ਦੇ ਮੁਕਾਬਲੇ ਵਿੱਚ, ਉਸ ਤੋਂ ਗੁਰੇਜ਼ ਕੀਤਾ ਜਾ ਸਕੇ, ਉਸ ਤੋਂ ਬਚਿਆ ਜਾ ਸਕੇ। ਬਾਈ ਜੀ, ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ।